ਉਹਨਾਂ ਨੂੰ ਜਾਣਕਾਰੀ ਦੇਣ ਵਾਸਤੇ ਔਰ ਇਹਨਾਂ ਦੀ ਜਿਹੜੀਆਂ ਗਲਤ ਕਰਵੀਆਂ ਉਹਨਾਂ ਨੂੰ ਐਕਸਪੋਜ਼ ਕਰਨ ਵਾਸਤੇ ਲੋਕਾਂ ਨੂੰ ਉਕਸਾ ਰਹੇ ਹੈ ਕਿ MSP ਖਤਮ ਹੋ ਜੂਗੀ, ਸਰਕਾਰ ਪ੍ਰੋਕਿਓਰ ਨਹੀਂ ਕਰੇਗੀ, ਮੰਡੀਆਂ ਦਾ ਸਿਸਟਮ ਖਤਮ ਹੋ ਜਾਏਗਾ, ਮੰਡੀਆਂ ਦਾ ਸਿਸਟਮ ਚੱਲੂਗਾ, ਮੰਡੀਆਂ 'ਚ ਮਾਲ ਆਊਗਾ। ਸਿਰਫ ਕਿਸਾਨਾਂ ਨੂੰ ਇਹ ਰਾਹ ਦਿੱਤੀ ਹੈ ਵੀ ਮੰਡੀ ਦੀ ਬਜਾਏ ਅਗਰ ਉਹ ਮੰਡੀ ਤੋਂ ਬਾਹਰ ਆਪਣਾ ਮਾਲ ਵੇਚਣਾ ਚਾਹੁਣ, ਉਹਨਾਂ 'ਤੇ ਕੋਈ ਮੰਡੀ ਦਾ ਕਾਨੂੰਨ ਨਹੀਂ ਲਾਗੂ ਹੋਏਗਾ, ਉਹ ਆਪਣਾ ਮਾਲ ਖੁੱਲ੍ਹਾ ਦੇ ਸਕਦੇ ਹੈ, ਲੇਕਿਨ ਕੀਮਤ ਜਿਹੜੀ ਹੈ MSP ਤੋਂ ਘੱਟ ਵੱਧ ਤੇ ਪਾ ਲਈ। ਸੋ ਕਿਸਾਨ ਦੀ ਕੀਮਤ ਸਿਕਿਓਰ ਕਰਨ ਵਾਸਤੇ ਔਰ ਮਾਲ ਠੀਕ ਤਰੀਕੇ ਨਾਲ ਪ੍ਰੋਕਿਓਰ ਹੋ ਸਕੇ, ਉਹਦਾ ਨੁਕਸਾਨ ਨਾ ਹੋਵੇ, ਇਸ ਗੱਲ ਵਾਸਤੇ ਅਸੀਂ ਇਹ ਕਾਨੂੰਨ ਵੀ ਸੇ ਕਰਕੇ ਦਿੰਦੇ ਔਰ ਇਹੀ ਗੱਲ ਅਸੀਂ ਲੋਕਾਂ ਨੂੰ ਸਮਝਾਉਣ ਵਾਸਤੇ। ਇੱਕ ਉਹਨਾਂ ਨੇ ਕਿਹਾ ਵੀ ਇਹ ਫੈਡਰਲ ਢਾਂਚੇ ਦੇ ਕਾਨੂੰਨ ਦੇ ਖਿਲਾਫ ਹੈ, ਫੈਡਰਲਿਜ਼ਮ ਦੇ ਖਿਲਾਫ। ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਹੈ, ਅਲੱਗ ਅਲੱਗ ਪ੍ਰਾਵਧਾਨ ਹੈ, ਉਸ ਕੰਸਟੀਟਿਊਸ਼ਨ ਦੇ ਦਾਇਰੇ 'ਚ ਰਹਿ ਕੇ ਕਾਨੂੰਨ ਬਣਾਇਆ ਗਿਆ ਔਰ ਇਸ ਕਾਨੂੰਨ ਦੇ ਨਾਲ ਜਿਹੜਾ ਵਾਰ ਵਾਰ ਆਪ ਵਾਲੇ ਅਤੇ ਕਾਂਗਰਸ ਵਾਲੇ ਕਹਿ ਰਹੇ ਹੈ ਕਿ ਤੁਹਾਡੇ ਹੱਕਾਂ 'ਤੇ ਛਾਪਾ ਵੱਜ ਗਿਆ, ਗਲਤ ਕਹਿ ਰਹੇ। ਕਿਸਾਨ ਦੇ ਕੋਈ ਮਾਲ MSP ਤੋਂ ਘੱਟ ਨਹੀਂ ਵਿਕੂਗਾ। ਜੇ ਮੰਡੀ ਤੋਂ ਬਾਹਰ ਜਿਹੜੇ ਕੋਈ ਸੋਸਾਇਟੀਜ਼, ਕੋਈ ਕਾਰਪੋਰੇਸ਼ਨ, ਕੋਈ ਕੰਪਨੀ ਖਰੀਦੇਗੀ, ਉਹਨਾਂ ਨੂੰ ਵੀ MSP ਤਾਂ ਦੇਣਾ ਹੀ ਪਏਗਾ ਔਰ ਓਪਨ ਮਾਰਕੀਟ 'ਚ ਅਗਰ ਰੇਟ ਲੱਗਿਆ ਤਾਂ ਜ਼ਿਆਦਾ ਵੀ ਲੱਗ ਸਕਦਾ। ਦੂਸਰੇ ਜਿਹੜਾ ਉਹ ਕਹਿੰਦੇ ਕਿ ਕੰਸਟੀਟਿਊਸ਼ਨ ਦੀ ਵਾਇਲੇਸ਼ਨ ਹੋ ਗਈ, ਕੋਈ ਕੰਸਟੀਟਿਊਸ਼ਨ ਦੀ ਵਾਇਲੇਸ਼ਨ ਨਹੀਂ, ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਹੈ ਔਰ ਕੇਂਦਰ ਸਰਕਾਰ ਨੇ ਜੋ ਕਾਨੂੰਨ ਬਣਾਇਆ ਉਹਦੇ ਸਟੇਟਸ ਨੂੰ ਵੀ ਅਧਿਕਾਰ ਦਿੱਤੇ ਹੈ ਔਰ ਜਿਹੜੇ ਕਮਿਸ਼ਨ ਬਣਨਗੇ, ਜਿਹੜੇ ਉੱਤੇ ਫੈਸਲੇ ਕਰਨਗੇ, ਉਹ ਸਟੇਟ ਦੀ ਸਹਿਮਤੀ ਨਾਲ ਉਹ ਬੈਠਣਗੇ, ਫੈਸਲੇ ਕਰਨਗੇ ਔਰ ਕਿਸਾਨ ਨੂੰ ਕਿਸੇ ਕਿਸਮ ਦਾ ਧੱਕਾ ਨਹੀਂ ਹੋਣ ਦਿੱਤਾ ਜਾਊਗਾ। ਇਹ ਗੱਲ ਜੋ ਮੋਦੀ ਸਾਹਿਬ ਨੇ ਫੈਸਲਾ ਕੀਤਾ, ਜੇ ਕੰਸਟੀਟਿਊਸ਼ਨ ਦੀ ਵਾਇਲੇਸ਼ਨ ਕਿਸੇ ਨੇ ਕੀਤੀ ਹੈ ਤਾਂ ਕਾਂਗਰਸ ਪਾਰਟੀ ਨੇ ਕੀਤੀ ਹੈ। ਕਾਂਗਰਸ ਪਾਰਟੀ ਨੇ ਦੇਖੋ ਤੁਸੀਂ ਕਿੱਡੀ ਵੱਡੀ ਵਾਇਲੇਸ਼ਨ ਕੀਤੀ, ਐਮਰਜੈਂਸੀ ਲਗਾ ਦਿੱਤੀ ਜਦੋਂ ਇੰਦਰਾ ਗਾਂਧੀ ਦਾ ਇਲੈਕਸ਼ਨ ਸੈਟਿਸਫਾਈਡ ਹੋ ਗਿਆ। ਐਮਰਜੈਂਸੀ ਲਾ ਕੇ ਸਾਰੇ ਪਾਰਟੀਆਂ ਦੇ ਨੇਤਾ, ਸਾਰੇ ਜਨਤਾ ਦੇ ਨੇਤਾ, ਜਨਤਾ ਦੀ ਪੈਰਵੀ ਕਰਨ ਵਾਲੇ ਲੋਕਾਂ ਨੂੰ ਜੇਲ੍ਹਾਂ 'ਚ ਬੰਦ ਕਰਤਾ, ਪ੍ਰੈਸ ਉੱਤੇ ਪਾਬੰਦੀ ਲੱਗ ਗਈ, ਸਿਰਫ TV ਰੇਡੀਓ 'ਤੇ ਇੱਕੋ ਹੀ ਖਬਰ ਆਉਂਦੀ ਵੀ ਇੰਦਰਾ ਗਾਂਧੀ ਬੋਲਦੀ ਹੈ ਅਤੇ ਸੰਜੇ ਗਾਂਧੀ ਬੋਲਦੇ ਆ, ਹੋਰ ਕਿਸੇ ਦੀ ਖਬਰ ਨਹੀਂ ਸੀ ਆਉਂਦੀ। ਔਰ ਉਹ ਜਦੋਂ ਜਨਤਾ ਨੂੰ ਮੌਕਾ ਮਿਲਿਆ, ਲੋਕ ਤਾਂ ਕਹਿੰਦੇ ਕਿ ਅਤੇ ਦੁਬਾਰਾ ਆਜ਼ਾਦੀ ਮਿਲੀ ਔਰ ਉਹ 'ਚ ਇੰਦਰਾ ਗਾਂਧੀ ਅਤੇ ਉਹਦੇ ਬੇਟੇ ਨੂੰ ਵੀ ਲੋਕਾਂ ਨੇ ਹਰਾਤਾ। ਇਸ ਕਰਕੇ ਅਸੀਂ ਕੋਈ ਵਿਧਾਨ ਦੀ ਅਵੇਲਨਾ ਨਹੀਂ ਕੀਤੀ, ਨਾ ਫੈਡਰਲ ਸਟਰਕਚਰ ਦੀ ਕੋਈ ਅਵੇਲਨਾ ਕੀਤੀ ਹੈ। ਸਾਡੇ ਪ੍ਰਧਾਨ ਮੰਤਰੀ ਨੇ ਤਾਂ ਚੀਫ ਮਿਨਿਸਟਰ ਨਾਲ ਮੀਟਿੰਗ ਕਰਕੇ ਟੈਕਸ ਦਾ ਹਿੱਸਾ 40% ਕਰ ਦਿੱਤਾ ਸਟੇਟ ਦਾ ਸ਼ੇਅਰ, ਔਰ ਫਿਰ ਜਿੰਨੀਆਂ ਵੀ ਕਰੋਨਾ ਦੇ ਵਿੱਚ ਵੀ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਕੇ ਜਦੋਂ ਟਾਈਮ ਵਧਾਉਣਾ ਸਭ ਦੀ ਰਹਿ ਲੈ ਕੇ ਵਧਾਇਆ ਔਰ ਜੋ ਲੋਕਾਂ ਨੂੰ ਰਹਿਤਾਂ ਦਿੱਤੀਆਂ ਉਹ ਜੇ ਪੰਜਾਬ ਸੂਬੇ ਨੇ ਅਨਾਜ ਜਿੰਨਾ ਆਇਆ ਉਹ ਨਹੀਂ ਵੰਡਿਆ, ਅਸੀਂ ਮੰਗ ਕੀਤੀ ਹੈ ਔਰ ਬਲਕਿ ਹੁਣ ਡਿਮਾਂਡ ਲੋਕਾਂ ਦੀ ਸੀ। ਹੁਣ ਉਹਨਾਂ ਨੇ ਜਿੰਨੇ ਤਿਉਹਾਰ ਵਿੱਚ ਕਵਰ ਕਰਕੇ 30 ਨਵੰਬਰ ਤੱਕ ਫਰੀ ਅਨਾਜ ਅਤੇ ਫਰੀ ਚਾਵਲ ਅਤੇ ਫਰੀ ਦਾਲ ਦੇਣ ਦੇ ਵਾਸਤੇ ਪ੍ਰਦਾਨ ਕੀਤਾ, ਜਿਹਦੇ 'ਤੇ 1,50,000 crore ਦਾ ਖਰਚਾ 30 ਨਵੰਬਰ ਤੱਕ 80,000 ਲੋਕਾਂ ਨੂੰ ਇਹ ਅਨਾਜ ਦਾ ਵਿਤਰਨ ਕੀਤਾ ਜਾਵੇ। 80 ਕਰੋੜ ਲੋਕਾਂ ਨੂੰ 80 ਕਰੋੜ ਲੋਕਾਂ ਨੂੰ ਅਨਾਜ ਦਾ ਵਿਤਰਨ ਕੀਤਾ ਜਾਊਗਾ, ਜਿਹੜਾ ਕਿ ਯੂਰਪ ਦੀ ਪਾਪੂਲੇਸ਼ਨ ਤੋਂ ਵੀ ਜ਼ਿਆਦਾ, UK ਦੀ ਪਾਪੂਲੇਸ਼ਨ ਤੋਂ ਵੀ ਜ਼ਿਆਦਾ, ਹੋਰ ਕਿੰਨੇ ਮੁਲਕਾਂ ਦੀ ਪਾਪੂਲੇਸ਼ਨ ਤੋਂ ਵੱਧ ਲੋਕਾਂ ਨੂੰ ਇਹ 30 ਨਵੰਬਰ ਤੱਕ ਫਰੀ ਅਨਾਜ ਦਿੱਤਾ। ਅਸੀਂ ਕੈਪਟਨ ਸਾਹਿਬ ਨੂੰ ਸਵਾਲ ਕਰਦੇ ਹਾਂ ਵੀ ਉਹਨਾਂ ਨੇ 2017 'ਚ ਜਦੋਂ ਸਰਕਾਰ ਬਣੀ ਉਹਨਾਂ ਨੇ ਖੁਦ ਬਣਾਇਆ, ਖੁਦ ਉਹਨਾਂ ਨੇ ਕਿਹਾ ਵੀ ਮਾਲ ਦੂਜੇ ਪਾਸੇ ਜਾ ਕੇ ਓਪਨ ਮਾਰਕੀਟ ਵੀ ਵੇਚ ਸਕਦੇ ਹੈ ਔਰ ਅੱਜ ਉਹ ਵਿਰੋਧ ਕਰ ਰਹੇ, ਕਿਉਂ ਕਰ ਰਹੇ? ਕਿਉਂਕਿ ਜਨਤਾ ਉਹਨਾਂ 'ਤੇ ਸਵਾਲ ਪੁੱਛਦੀ ਹੈ, ਉਹਨਾਂ ਕਹਿ ਤਾ ਕੁਰਕੀ ਨਹੀਂ ਹੋਊਗੀ, ਉਹਨਾਂ ਨੇ ਕਿਹਾ ਵੀ ਕਰਦੇ ਮਾਫ਼ ਹੋ ਜਾਣਗੇ, ਉਹਨਾਂ ਨੇ ਕਿਹਾ ਤਾ ਘਰ ਘਰ ਨੌਕਰੀ ਦੇਵਾਂਗੇ, ਉਹਨਾਂ ਨੇ ਕਿਹਾ ਤਾ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ, ਗੁਟਕਾ ਸਾਹਿਬ ਚੱਕ ਕੇ ਕਿਹਾ ਸੀ। ਨਾ ਕਿਸਾਨਾਂ ਦਾ ਕਰਜ਼ਾ ਮਾਫ਼ ਹੋਇਆ, ਨਾ ਨਸ਼ਾ ਖਤਮ ਹੋਇਆ ਔਰ ਨਾ ਲੋਕਾਂ ਨੂੰ ਘਰ ਘਰ ਨੌਕਰੀ ਮਿਲੀ।
बल्कि इन्ने स्कैंडल हो गए क्योंकि असी स्कैंडल की इंक्वायरी मंगते हैं। उन्होंने मुद्दा उठा के ये लोगों को गुमराह करने का प्रयत्न किया। एक्साइज का 6,000 करोड़ का स्टेट एक्सचेक नुकसान हुआ है, वो किने किया? शराब कहते जी सानू खुली बेचने की इजाजत दो, शराब की इजाजत मिल गई, पर कोई आया लेन वो तो रूटीन च ले रहे हैं, क्योंकि शराब तो पहले भी बिकती रही और वो शराब वो बिकी जी कारखाना चो बिना किसी एक्साइज ड्यूटी दे बिना किसी टैक्स दते बिना आके बाहर सस्ती बिकी और उदा सरकार के खजाने में बहुत बड़ा नुकसान हुआ। वो इंक्वायरी करने वास्ते एक मिनिस्टर की कमेटी बनाती, मिनिस्टर की चीफ मिनिस्टर के खिलाफ वोट कर दूंगा मैं, कल चीफ मिनिस्टर को। सो इस तरह का अनाज नहीं वंडिया गया, अनाज हाले तक पूरा नहीं वंडिया गया। असं कहने वो भी पड़ताल करो क्यों नहीं वंडिया गया, कौन जिम्मेदार है? प्रशासन जिम्मेदार है या मंत्री जिम्मेदार है या मुख्यमंत्री जिम्मेदार है? ये सारे मुद्दों की पड़ताल होनी चाहिए। असं तो पड़ताल मंगते हैं। शराब बिकी ते बाकी जो भी गल कर स्कूल दी फीसां बारे, स्कूल दी फीसां दा जो हाई कोर्ट ने फैसला किया वही मन्ने जो ਆਉਗਾ ਨਹੀਂ ਕਮੈਂਟ ਕਰਨ ਦੀ ਡਿਸੀਜਨ ਆਫ ਸਰਕਾਰੀ ਕੋਰਟ ਇੱਕ 9 ਬੰਦਿਆਂ ਨੂੰ ਜੀ ਕੱਲ ਖਾਲਿਸਤਾਨੀਆਂ ਨੂੰ ਜਿਹੜਾ ਉਹ ਦੇਸ਼ ਰੋਹੀ ਘੋਸ਼ਿਤ ਕੀਤਾ ਗਿਆ, ਅੰਤਵਾਦੀ ਘੋਸ਼ਿਤ ਕੀਤਾ ਗਿਆ, ਉਹਨਾਂ ਬਾਰੇ ਕੀ ਕਹੋਗੇ ਜੀ? ਸੈਂਟਰ ਗਵਰਨਮੈਂਟ ਹੈ ਜੀ, ਕੋਈ ਅੰਤਵਾਦੀ ਉਹਨੂੰ ਅੰਤਵਾਦੀ ਘੋਸ਼ਿਤ ਕਰਤਾ ਤਾਂ ਕੀ ਗਲਤ ਕੰਮ ਹੈ? ਨਹੀਂ, ਅਕਾਲੀ ਦਲ ਵਿਰੋਧ ਕਰ ਰਹੀ ਹੈ ਇਸ ਚੀਜ਼ ਦਾ। ਅਕਾਲੀ ਦਲ ਵਿਰੋਧ ਕਰ ਰਹੀ ਹੈ, ਅਕਾਲੀ ਦਲ ਦਾ ਆਪਣਾ ਸਟੈਂਡ ਆਊਟ ਕਰਦੀ ਰਹੇ, ਅਸੀਂ ਤਾਂ ਆਪਣਾ ਦੇਖਣਾ। ਅਗਰ ਅਕਾਲੀ ਦਲ ਵਿਰੋਧ ਕਰਦੀ ਆਪੇ ਲੋਕ ਉਹਨਾਂ ਨੂੰ ਪੁੱਛਣਗੇ। ਸਰ 7 ਤਰੀਕ ਨੂੰ ਅਕਾਲੀ ਦਲ ਧਰਨੇ ਲਾਉਣ ਜਾ ਰਿਹਾ ਬੀਜੇਪੀ ਸਰਕਾਰ ਦੇ ਖਿਲਾਫ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਤ ਹੋ ਗਿਆ ਨਾ? ਪੈਟਰੋਲ ਦੀ ਜੀ, ਪੈਟਰੋਲ ਦੀ ਕੀਮਤ ਪ੍ਰਦਰਸ਼ਨ ਕਰਨ ਜਾ ਰਿਹਾ ਜੀ 7 ਤਰੀਕ। ਜਿਹੜਾ ਪੈਟਰੋਲ ਡੀਜ਼ਲ ਦੀ ਕੀਮਤ ਹੈ ਉਹ ਮੋਦੀ ਸਾਹਿਬ ਨਹੀਂ ਬਤਾਉਂਦੇ, ਨਾ ਪੈਟਰੋਲੀਅਮ ਮਿਨਿਸਟਰੀ ਬਤਾਉਂਦੀ, ਉਹ ਕੰਪਨੀਆਂ ਦੇ ਅਧਿਕਾਰ ਖੇਤਰ 'ਚ ਕੰਪਨੀਆਂ ਵਧਾਉਣੀਆਂ ਔਰ ਉਹ ਆਲਰੇਡੀ ਸਰਕਾਰ ਦੇ ਨੋਟਿਸ ਚ ਆਇਆ। ਕਿਤੇ ਨਾ ਕਿਤੇ ਲੋਕਾਂ ਦੀ ਜੇਬ ਤੇ ਤਾਂ ਫਰਕ ਪੈ ਰਿਹਾ ਨਾ, ਲੋਕਾਂ ਦੀ ਜੇਬ ਤੇ ਅਸਰ ਪੈ ਰਿਹਾ ਉਹ ਪੈਟਰੋਲ ਜਿਹੜਾ, ਲੋਕਾਂ ਦੀ ਜੇਬ ਤੇ ਤਾਂ ਹੁਣ ਬੀਜੇਪੀ ਦੀ ਨਹੀਂ ਕਰ ਰਹੀ, ਬੀਜੇਪੀ ਸਰਕਾਰ ਨਹੀਂ, ਸਰਕਾਰ ਨਹੀਂ ਕਰਦੀ, ਸਰਕਾਰ ਦਾ ਕੰਮ ਨਹੀਂ ਹੈ। ਸਰਕਾਰ ਦੇ ਖਿਲਾਫ ਜਾਂ ਪਾਰਟੀ ਦੇ ਖਿਲਾਫ, ਕੰਪਨੀਆਂ ਖਿਲਾਫ ਕਾਲੀ ਕਿਤਾ ਲੋਕ ਕਰਦੇ ਜਿਹੜੇ ਕਾਲੀ ਕਰ ਰਹੇ ਹਾਂਜੀ, ਉਹ ਤਾਂ ਕੰਪਨੀਆਂ ਦੇ ਖਿਲਾਫ ਹੀ ਕਰਨਗੇ, ਸਾਡੀ ਸਰਕਾਰ ਤੇ ਸਰਕਾਰ ਤੋਂ ਆਪ ਹਿੱਸੇਦਾਰ ਹੈ ਕਿਵੇਂ ਵਿਰੋਧ ਕਰਾਂਗਾ? ਪਰ ਮੇਰੀ ਰਾਏ ਉਹਨਾਂ ਨੂੰ ਇਹ ਹੈ ਕਿ ਧਰਨੇ ਲਾਉਣ ਦੀ ਬਜਾਏ ਉਹ ਖੁਦ ਜਾ ਕੇ ਰੁਕ ਜਾ ਯਾਰ, ਪ੍ਰਧਾਨ ਮੰਤਰੀ ਨਾਲ ਗੱਲ ਕਰਾਂ, ਪੈਟਰੋਲੀਅਮ ਮਿਨਿਸਟਰ ਨਾਲ ਗੱਲ ਕਰਾਂ, ਉਹਨੂੰ ਕਹਿਣ ਵੀ ਜੀ ਕੰਪਨੀਆਂ ਨੂੰ ਬੁਲਾਓ, ਉਹਨਾਂ ਨਾਲ ਗੱਲ ਕਰੋ ਵੀ ਕਿਸ ਸਰ ਦੇ ਨਾਲ ਬਤਾ। ਆਈ ਥਿੰਕ ਦੈਟ ਇਜ਼ ਦ ਬੈਟਰ, ਪਿੱਛੇ ਵੀ ਗੱਲ ਕਿਤੇ ਕਹੀ ਹੈ, ਤੁਹਾਡੇ ਸਾਹਮਣੇ ਵੀ ਇਹੀ ਕਹਿਣਾ ਕਿ ਸੁਖਬੀਰ ਸਾਹਿਬ ਦੀ ਗੱਲ ਤਾਂ ਉੱਥੇ ਸੁਣੀ ਜਾਂਦੀ ਹੈ, ਸੁਖਬੀਰ ਜੀ ਜਾਣ ਪ੍ਰਧਾਨ ਮੰਤਰੀ ਨਾਲ ਗੱਲ ਕਰਾਂ, ਠੀਕ ਹੈ? ਚੁਣਾਵ ਲੜਾਂਗੇ ਇਕੱਠੇ ਸੀਟਾਂ ਦਾ, ਅਸੀਂ ਹਾਈਕਮਾਂਡ ਨੂੰ ਦੱਸ ਸਕਦੇ ਹਾਂ, ਸਾਡੀ ਤਿਆਰੀ ਕਰ ਰਹੇ ਹਾਂ ਅਸੀਂ, ਇਸ ਕਰਕੇ ਆਪਣੀ ਹਾਈਕਮਾਂਡ ਨੂੰ ਦੱਸਿਆ ਵੀ ਸਾਨੂੰ ਸੀਟਾਂ ਵੱਧ ਲੈਣੀਆਂ, ਅਸੀਂ 50-50 'ਤੇ ਲੜਨਾ।